ਅਸਲਾਮੁਆਲੇਕਮ ਦੋਸਤੋ ਤੁਸੀਂ ਵੇਖਦੇ ਪਿਓ ਪਾਕ ਬਦਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ জাফর ਦੋਸਤੋ ਅੱਜ ਦੀ ਵੀਡੀਓ ਵਾਚ ਸਬਸਕ੍ਰਾਈਬਰ ਦੀ ਕੈਮਰਾਮੈਨ ਅੱਧ ਤੇ ਝੋਟੀ ਨਜ਼ਰਗਵਾ ਸੀ 22 ਤਰੀਕ ਦੀ ਝੋਟੀ ਦੀ ਵੀਡੀਓ ਲੱਗੀ ਹੋਈ ਏ 24 ਤਰੀਕ ਨੂੰ ਭਾਈ ਰਹੀ ਭਾਈ ਅਲੀ ਰਜ਼ਾ ਸਾਹਿਬ ਮੌਕੇ ਤੇ تشریف ਲਿਆ ਨੇ ਜਨਾਬ ਦੀ ਜ਼ਬਾਨੀ ਵੀ ਸਾਰੀਆਂ ਗੱਲਾਂ ਕਰਵਾਵਾਂਗੇ ਵੀਡੀਓ ਛੱਡੀ ਤੋਂ ਬਾਅਦ ਥੋੜੀ ਦੇਰ ਬਾਅਦ ਸੌਦਾ ਭਾਈ ਅਲੀ ਰਜ਼ਾ ਸਾਹਿਬ ਨਾਲ ਹੋ ਗਿਆ ਬਾਦ ਅਜ ਕਾਫੀ ਦੋਸਤਾਂ ਦੀਆਂ ਕਾਲਾਂ ਆਈਆਂ ਨੇ ਉਹਨਾਂ ਨੇ ਨਰਾਜ਼ਗੀ ਕੀਤੀ ਕਿ ਭਾਈ জাফর ਮੱਝ ਇੰਨੀ ਜਲਦੀ ਵਿਕੀ ਨਹੀਂ ਕੀ ਮਾਮਲਾ ਬਣਿਆ ਖੜਾ ਮੱਝ ਕਿਉਂ ਨਹੀਂ ਸਾਨੂੰ ਦਿੰਦੇ ਪਏ ਬਕਾਇਆ ਹੈ ਭਾਈ ਅਲੀ ਰਜ਼ਾ ਦੀ ਜ਼ਬਾਨੀ ਗੱਲ ਕਰਵਾਵਾਂਗੇ ਕਿ ਵੀ ਸੌਦਾ ਸਾਡਾ ਵਕਤੀ ਹੋ ਗਿਆ ਸੀ ਜਿਹੜੇ ਦੋਸਤਾਂ ਨੇ ਬਾਅਦ ਹੀ ਨਰਾਜ਼ਗੀਆਂ ਕੀਤੀਆਂ ਨੇ ਨਰਾਜ਼ਗੀ ਦੀ ਬਿਲਕੁਲ ਮਾਫ਼ਰਤ ਹੈ ਬਕਾਇਆ ਨਾਂ ਮਸੀਂ ਨਹੀਂ ਲੈਣਾ ਕੋਈ ਇੱਕ ਵੀਰ ਸਾਡਾ ਮੌਕੇ ਤੇ ਆ ਕੇ ਬਾਈ ਸੈਦ ਨਾਲ ਡਾਇਰੈਕਟ ਰਾਬਤਾ ਕਰਕੇ 20000 ਰੁਪਇਆ ਨੇ ਮੱਝ ਵਧਾਈਏ ਚੜੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜ਼ਿਆਤੀ ਕੀਤੀ ਹੈ ਜਦੋਂ ਬਾਈ ਸੈਦ ਨੇ ਆਖ ਵੀ ਦਿੱਤਾ ਹੈ ਕਿ ਵੀ ਮੱਝ জাফর ਸਾਹਿਬ ਉਹਨੇ ਵੇਚ ਦਿੱਤੀ ਹੈ ਸਾਨੂੰ ਬਿਆਨਾ ਆ ਗਿਆ ਜਦੋਂ ਪਤਾ ਲੱਗ ਜਾਵੇ ਗੱਲ ਕਨਫਰਮ ਹੋ ਜਾਵੇ ਉਦੋਂ ਚੜੀ ਨਹੀਂ ਮਾਰਨੀ ਚਾਹੀਦੀ ਜ਼ਿਆਤੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਅਸੀਂ ਪਿਆਰ ਨਾਲ ਰਿਕੁਐਸਟ ਕਰਦੇ ਪਏ ਕਿ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਬਾਕਾਇ ਜਿਹੜੀਆਂ ਪਾਰਟੀਆਂ ਦੀ ਬਾਅਦ ਵਿੱਚ ਜਿਹੜੇ ਸਾਡੇ ਵੀਰਾਂ ਦੀਆਂ ਕਾਲਾਂ ਆਂਦੀਆਂ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਮਾਫ਼ਰਤ ਹੈ ਜਿਨ੍ਹਾਂ ਕਿਹਾ ਕਿ ਮਾਜਾਫਰ ਅਲੇ ਵਿਕੀ ਨਹੀਂ ਸਾਨੂੰ ਕੋਈ ਕਲੀਅਰ ਗੱਲ ਕਰੋ ਆ ਹੁਣ ਜਨਾਬ ਮਾਲਕ ਮੌਕੇ ਤੇ تشریف ਲੈ ਆਏ ਨੇ ਸਾਰੀ ਗੱਲ ਬਾਤ ਆਪਣੀ ਜ਼ੁਬਾਨੀ ਦੱਸਣਗੇ ਸੌਦਾ ਕਿੰਨੇ ਚ ਹੋਇਆ ਕਿਵੇਂ ਗੱਲ ਹੈ ਕਿਵੇਂ ਬਾਤ ਹੈ ਅਸਲਾਮੁਅਲੈਕਮ ਜੀ ਜੀ ਵਾਅਸਲਾਮ ਭਾਈ ਅਲਵਰਜ਼ਾ ਸਾਹਿਬ ਕੀ ਹਾਲ ਹੈ ਜੀ ਠੀਕ ਹਾਂ ਖੈਰ ਖਰੀਅਤ ਹੈ ਜੀ ਹਾਂ ਜੀ ਇੱਥੇ تشریف ਲੈ ਆਂਦੀ ਜੀ ਸਰਗੋਦੇ ਤੁੰ ਜੀ ਵੀਡੀਓ ਚੜੀ ਤੋਂ ਬਾਅਦ ਤਕਰੀਬਨ ਆਪਣਾ ਕਿੰਨੀ ਦੇਰ ਬਾਅਦ ਸੌਦਾ ਹੋ ਗਿਆ ਸੀ 6 ਮਿੰਟ ਬਾਅਦ 6 ਮਿੰਟ ਬਾਅਦ ਹੋ ਗਿਆ ਸੀ ਜੀ ਬਿਆਨਾ ਜਨਾਬ ਹੋਰਾਂ ਨੇ ਸਾਨੂੰ ਲਵਾ ਦਿੱਤਾ ਜੀ ਜੀ ਸ 4,50,000 ਰੁਪਏ ਦੇ ਵਿੱਚ ਸੌਦਾ ਹੋ ਗਿਆ ਜਨਾਬ ਉਹਨੇ ਬਿਆਨਾ ਲਵਾਜ ਤੱਕ ਵੀ ਅਸੀਂ ਮੌਕੇ ਤੇ ਆ ਕੇ ਆਪ ਦੀ ਮੱਝ ਵੇਖ ਕੇ ਲੈ ਜਾਵਾਂਗੇ ਹਾਂਜੀ ਹਾਂਜੀ ਬਿਲਕੁਲ ਅੱਛਾ ਜਨਾਬ ਮੌਕੇ ਤੇ ਅਸੀਂ ਸ਼ਰੀਫ ਲਿਆਏ ਨੇ ਅੱਲਾ ਦੀ ਮਿਹਰਬਾਨੀ ਨਾਲ ਜੋ ਕੁਝ ਵੀਡੀਓ ਤੇ ਵੇਖਿਆ ਹੈ ਉਹਦੇ ਨਾਲ ਕੁਝ ਵੱਧ ਹੀ ਨਿਕਲਿਆ ਜਾਂ ਘੱਟ ਨਿਕਲਿਆ ਹੈ ਨਹੀਂ ਨਹੀਂ ਬਿਲਕੁਲ ਵੱਧ ਹੀ ਨਿਕਲਿਆ ਘੱਟ ਨਹੀਂ ਸੋਨਾ ਨਿਕਲਿਆ ਅੱਲਾ ਦੀ ਮਿਹਰਬਾਨੀ ਨਾਲ ਜੀ ਸੋਨਾ ਨਿਕਲਿਆ 4,50,000 ਰੁਪਇਆ ਸੌਦਾ 4,50,000 ਦੇ ਵਿੱਚ ਹੋਇਆ ਮਾਲਕਾਂ ਦੇ ਡਾਇਰੈਕਟ ਮੱਥੇ ਲੱਗੇ ਹੋਏ ਆ ਪੂਰਾ 450 ਮਾਲਕਾਂ ਨੇ ਗਿਣਿਆ ਹਾਂ ਜੀ ਮੈਂ ਹੀ ਦਿੱਤਾ ਪੈਸੇ ਮਾਲਕਾਂ ਕੋਈ ਫਰਕ ਤਾਂ ਨਹੀਂ ਨਿਕਲਿਆ ਇਸ ਗੱਲ ਦਾ ਨਹੀਂ ਕੋਈ ਫਰਕ ਮਾਲਕਾਂ ਨੇ ਕਿਹਾ ਕਿ ਵੀ ਸਾਡੇ ਨਾਲ 40 ਦੀ ਮੁੱਕੀ ਨੇ ਤੁਹਾਨੂੰ 50 ਦੀ ਦਿੱਤੀ ਨਹੀਂ ਜੀ ਜੀ ਕੋਈ ਐਸੀ ਗੱਲ ਨਹੀਂ ਆਓ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਤਕਰੀਬਨ ਪਾਕ ਪੰਜਾਬ ਟੀਵੀ ਤੇ ਜਨਾਬ ਕਿੰਨੇ ਕੁ ਮੁਤਮਨ ਨੇ 100% 100% ਜੀ ਮਾਸ਼ਾਅੱਲਾ ਸੌਦਾ ਕਰਕੇ ਮੁਹੱਬਤ ਹੋਈ ਹੈ ਖੁਸ਼ੀ ਹੋਈ ਹੈ ਪੂਰੀ ਜਨਾਬ ਨੂੰ ਹਾਂ ਜੀ ਹਾਂ ਜੀ ਬਿਲਕੁਲ ਸਾਡੇ ਤਾਂ ਰਾਜ਼ੀ ਹੋ ਹਾਂ ਜੀ ਰਾਜ਼ੀ ਆ ਜੀ ਸ਼ੁਕਰੀਆ ਜਨਾਬ ਅੱਲਾ ਪਾਕ ਜਨਾਬ ਨੂੰ ਸਿਹਤ ਦੇਵੇ ਅਸਲਾਮੁਅਲੈਕਮ ਜੀ ਸੈਦ ਸਾਹਿਬ ਕਿ ਆਓ ਜੀ ਸਹੀ ਸਾਹਿਬ ਅਸਲਾਮ ਵਾਲੇਕਮ ਜੀ ਵਾਲਾ ਅਸਲਾਮ ਜੀ ਕੀ ਹਾਲ ਹੈ ਠੀਕ ਠਾਕ ਜੀ ਖੈਰ ਖਰੀਅਤ ਹੈ ਜੀ ਸ਼ੁਕਰਾਨਾ ਬਾਲਾ ਤੇ ਚਾਚੇ ਦਾ ਪੁੱਤਰਾ ਤੇਰਾ ਇਹ ਸ਼ੁਕਰੀਆ ਕਿ ਵੀ ਜਿਹੜੀ ਮੱਝ 20000 ਰੁਪਿਆ ਵਧੀ ਹਾਂਜੀ ਤੇ ਜਨਾਬਰਾ ਵਾਵਾ ਪਰਾਂ ਤੇ ਕੈਮਰਾ ਜਨਾਬ ਦੀ ਮਿਹਰਬਾਨੀ ਹੈ ਭਾਈ ਜਾਨੇ 20000 ਨਹੀਂ ਮੈਂ 50000 ਵੀ ਵਾਧੀ ਸੀ ਇੱਥੇ ਰੋਡ ਦੇ ਉੱਤੇ ਤਾਂ ਮੈਨੂੰ ਬੰਦੇ ਬਹਿਣ ਹੀ ਨਹੀਂ ਦਿੰਦੇ ਸੀ ਜੀ ਮੈਂ ਕਿਹਾ ਮੇਰੇ ਕੋਲ ਬਿਆਨਾ ਆ ਗਿਆ ਉਸੇ 22 ਤਰੀਕ ਕਰ ਦਿੰਦਾ ਬਿਆਨਾ ਆਇਆ ਹੈ ਜੀ ਮੈਂ ਕਿਹਾ ਨਹੀਂ ਯਾਰ ਉਹ ਗੰਦੀ ਗੱਲ ਜਨਾਬ ਉਹਨੇ ਕੁਝ ਪੈਰ ਧਿਲਕਾਣ ਦੀ ਕੋਸ਼ਿਸ਼ ਕੀਤੀ ਵੀ ਸਹੀ ਕਿ ਯਾਰ ਮਾਜੀ ਸਾਹਿਬ ਨਾ 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 ਇਹ ਅੱਲਾਹ ਦੀ ਮਿਹਰਬਾਨੀ ਨਾਲ ਲੱਖ ਵੀ ਵਧਿਆ ਨਾ ਆਪਣੀ ਜ਼ੁਬਾਨ ਸੀ 450000 ਪੂਰਾ ਗੈਣ ਲਿਆ ਪੂਰਾ ਗੈਣ ਲਿਆ ਕੋਈ ਫਰਕ ਨਹੀਂ ਆ ਗੱਲ ਨਹੀਂ ਨਹੀਂ ਭਾਈ ਜਾਨ ਕੈਮਰਾਮੈਨ ਮਾਜੀ ਨੂੰ ਨਜ਼ਰਗਵਾਨੀ ਹੈ ਅੱਜ ਦੋਸਤ ਬਕਾਇਆ ਇਹ ਵੀ ਦੋਸਤਾਂ ਨੇ ਆ ਹਵਾਨਾ ਵੇਖ ਲੈਣਾ ਚੈੱਕ ਕਰਕੇ ਕਮੈਂਟਾਂ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਹੈ ਕਿ ਵੀ ਮੱਝ ਪੈਲਣ ਹੈ ਜਾਂ ਨਹੀਂ ਹੈ ਮੋਰੀ ਲਾਗੀ ਨਹੀਂ ਨਹੀਂ ਮੋਰੀ ਨਹੀਂ ਲਾਣੀ ਮਾਝ ਨੂੰ ਇੱਕ ਵਾਰੀ ਖੋਲ ਦੇ ਮਾਝ ਨੂੰ ਖੋਲ ਦੇ ਅੱਜ ਦੋਸਤਾਂ ਨੂੰ ਕੈਮਰਾਮੈਨ ਤੁਰਦੀ ਫਿਰਦੀ ਹੋਈ ਮਾਝ ਵਖਾਸ ਸੀ 4,50,000 ਰੁਪਏ ਦੇ ਵਿੱਚ ਅੱਲਾ ਦੀ ਮਿਹਰਬਾਨ ਨਾਲ ਬਕਾਇਆ ਇਨਸ਼ਾਅੱਲਾ ਪਾਕ ਬਦਨ ਪੰਜਾਬ ਟੀਵੀ ਹੈ ਇਥੇ 4.50 ਦੀਆਂ ਵੇਚ ਕੇ 10-10 ਲੱਖ ਨੂੰ ਵੀ ਪਹੁੰਚਦੀਆਂ ਨੇ ਬਕਾਇਆ ਇਨਸ਼ਾਅੱਲਾ ਕਦੇ ਫਰਕ ਨਹੀਂ ਆ ਸਕਦਾ ਕਿਸੇ ਕੀਮਤ ਦੇ ਜੀ 5-5 ਲੱਖ ਵੱਧੀਆਂ ਰਹਿੰਦੀਆਂ ਨੇ ਬਕਾਇਆ ਇਨਸ਼ਾਅੱਲਾ ਅਸੀਂ ਆਪਦੀ ਜ਼ੁਬਾਨ ਤੇ ਕੈਮਰਾ ਨੇ ਕਦੇ ਫਿਰਨ ਦੀ ਕੋਸ਼ਿਸ਼ ਨਹੀਂ ਕੀਤੀ ਉਮੀਦ ਹੈ ਕਿ ਵੀਡੀਓ ਦੋਸਤੋ ਪਸੰਦ ਆਸੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਮੁਹੱਬਤ ਨਾਲ ਕਮੈਂਟ ਲਾਜ਼ਮੀ ਕਰਨੇ ਨੇ ਆ ਵੀਰ ਸਾਡਾ ਇੱਕ ਹੁਣ ਵੀ ਆਇਆ ਖੜਾ ਹੈ ਪਰ ਲਾਣਾ ਕੈਮਰਾ ਕੀ ਨਾਮ ਹੈ ਜਨਾਬ ਦੇ ਸਲਾਮ ਅਲੈਕੁਮ ਹੁਣ ਦੱਸੋ ਜੀ ਕੀ ਨਾਮ ਹੈ ਬਗੀ ਭੱਟੀ ਜੀ ਬਗੀ ਭੱਟੀ ਸਾਹਿਬ ਹਾਂਜੀ ਅੱਛਾ ਜਨਾਬ ਕਿਸ ਤਰ੍ਹਾਂ ਤਸ਼ਰੀਫ ਲੈ ਆਏ ਨੇ ਮਾਝਪੁਰ ਆਇਆ ਸਹੀ ਮਾਝਪੁਰ ਆਇਆ ਸਾਂ ਤੇ ਮਾਝ ਕੀ ਕਹਿੰਦੀ ਏ ਮਾਝ 7 ਲੱਖ ਰੁਪਏ ਦੀ ਜੀ ਪੂਰੇ 7 ਦੀ 100 ਰੁਪਿਆ ਵੀ ਨਹੀਂ ਕੱਟ ਇਹ ਇਮਾਨੀ ਕੁਰਾਨੀ ਆਪਾਂ ਦੇ ਤੇ ਮਾਲਕਾਂ ਦੇ ਅੱਲਾਹ ਪਾਕ ਨਸੀਬ ਕਰੇ ਖੈਰ ਵਫੀਤ ਨਾਲ ਲੈ ਜਾਵੇ ਮੇਰੇ ਤੋਂ 50 ਹਜ਼ਾਰ ਨਫਾ ਲੈਣਾ ਤੇ ਜੀ ਹੁਣ ਲੈ ਜਾਓ ਮਾਝ ਮਨੇ ਦੇ ਦੇ ਆ ਦੋਸਤੋ ਗੱਲ ਸੁਣ ਲੈਣੀ ਹੈ ਗੱਲਾਂ ਦੀਆਂ ਗੱਲਾਂ ਨਹੀਂ ਨੇ ਲੈਣ ਵਾਲੇ ਗਾਖ ਅਸੀਂ ਜਿਹੜੇ ਗਾਖ ਦੀ ਪਹਿਲੇ ਗੱਲ ਕੀਤੀ ਏ ਉਹ ਇਹ ਭਾਈ ਸਾਹਿਬ ਨਹੀਂ ਨੇ ਜਨਾਬ ਹੋਣਾ ਇਹਨੇ ਸ਼ਾਇਦ ਕਿ ਕੋਈ ਦੋਸਤ ਇਹ ਨਾ ਸਮਝ ਲਵਣ ਕਿ ਇਹ ਹੀ ਬੱਗੀ ਵੱਡੀ ਸਾਹਿਬ ਨੇ ਜਿੰਨਾ ਮੱਜ ਵਧਾਈ ਏ ਉਹ ਬੰਦਾ ਕੋਈ ਸਾਡੇ ਨਾਲ ਥੋੜੀ ਅੱਗੇ ਹੀ ਲਗਤਬਾਜ਼ੀ ਕਰਦਾ ਰਹਿੰਦਾ ਜਿੰਨੇ ਅੱਗੇ ਚੜੀ ਮਾਰੀ ਏ ਬਰਲੇ ਸਾਡਾ ਵੀਰ ਏ ਉਹਨੇ ਭਾਈ ਉਹਨਾਂ ਨੂੰ ਕਿਹਾ ਕਿ ਵੀ ਮੁਹੱਬਤ ਨਾਲ 50000 ਰੁਪਏ ਨਾਲ ਮੁਨਾਫੇ ਨਾਲ ਮੱਜ ਦੇਓ ਤੇ ਮੈਂ ਇਹਨਾਂ ਪੈਰਾਂ ਤੇ ਹਾਜ਼ਰ ਵਕਤ ਲੈਣ ਵਾਸਤੇ ਤਿਆਰ ਆਂ ਕਿਥੋਂ تشریف ਲਿਆਂਦੀ ਜੀ 35 ਵਾਲੀ ਬਲੀ ਤੋਂ ਜੀ 35 ਵਾਲੀ ਬਲੀ ਤੋਂ ਅੱਗੇ ਮੱਝ ਨਹੀਂ ਵੇਖੀ ਨਹੀਂ ਵੇਖੀ ਹੋਣੀ اچانک ਆਏ ਨੇ ਜਨਾਬ اچانک ਆਏ ਆ ਜੀ ਅਗਾ ਲੱਗੇ ਜਾਂਦੇ ਸੀ ਮਾਸ਼ਾਅੱਲਾ ਅਗਾ ਲੱਗੇ ਜਾਂਦੇ ਉੱਤੇ ਜਾਂਦੇ ਪੈਸੇ ਜੀ ਅੱਲਾਹ ਬਾਗ ਉਹਨਾਂ ਦੇ ਨਸੀਬ ਕਰੇ ਜਿਨ੍ਹਾਂ ਲਈ ਹੈ ਬਾਕੀ ਮੱਝ लाजवाब ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਲਾਹ ਬਾਗ ਮਾਲਕਾਂ ਦੇ ਮੁਕਦਰਾਂ 'ਚ ਕਰੇ ਅੱਜ ਦੋਸਤੋ ਵਕਤ ਪਹਿਲਾਂ ਮੈਨੂੰ ਨਹੀਂ ਲੱਗੇ ਵੇਖੇ ਦਿਨਾ ਅੱਜ ਦੇ ਦਿਨਾਂ ਤੱਕ ਨਹੀਂ ਵੇਖੇ ਬਿਲਕੁਲ ਇਸ ਤਰ੍ਹਾਂ ਕੋਈ ਮੈਨੂੰ ਐਡਾ ਵੱਡਾ ਵਕਤ ਕਿਸੇ ਮੈਨੂੰ ਨਹੀਂ ਕੋਈ ਸ਼ੱਕ ਨਹੀਂ ਜੀ ਇਸ ਗ कुछ दोस्त एवें आख दिता कि भई आओ ये कि भई आओ बध गई त हो गया त्या हो गया असं इन शाह जी वे वही आखने हैं कच्ची गल् कद नहीं कितिया सारिया गल् मालक की जबानी लैंड की जबानी और जोड़े गाक उत्तू आए हैं उन्होंने जबानी असी करवा दीडियो पसंद आ लाइक शेयर मुहब्बत कॉमेंट लाजमी करने नंबर जीरो तीन सौ पूरा बताली सतावी पांच सौ संताली मैं उनस नवी अच्छी बेहतरीन वीडियो लिया केगा हाज़र पाकिस्तान जिंदाबाद